ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਧ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਜਿਵੇਂ ਵੀ ਹੜ੍ਹ ਪੀੜਤਾਂ ਲਈ ਕਈ ਦਿਨਾਂ ਤੋਂ ਜਿਹੜੀ ਸਭਾਵਾਂ ਚੱਲ ਰਹੀਆਂ ਨੇ ਸਾਡੇ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਭਲਾ ਚੈਰਿਟੀ ਟਰੱਸਟ ਇਟਲੀ ਜਿਹੜੇ ਭੈਣ ਵੀਰ ਜਿਨ੍ਹਾਂ ਨੇ ਮਾਇਆ ਭੇਜੀ ਆ ਅਤੇ ਫਿਰ ਇਹ ਸੇਵਾ ਜਿਹੜੀ ਅੱਜ ਸ਼ੁਰੂ ਹੋ ਗਈ ਹੈਗੀ ਅਤੇ ਦੋ ਟਰਾਲੀਆਂ ਅੱਜ ਪਹਿਲਾਂ ਚਾਰ ਟਰਾਲੀਆਂ ਜਾ ਚੁੱਕੀਆਂ ਨੇ ਆਮ ਪਿੰਡਾਂ ਦੇ ਵਿੱਚ ਬਾਹਮਣੀ ਵਾਲ ਗਏ ਮੁੱਢਲਾ ਅੱਡੇ 'ਤੇ ਅਤੇ ਅੱਜ ਅਸੀਂ ਫਿਰ ਇਹ ਸਤਰਾਣੇ ਏਰੀਏ ਦੇ ਪਿੰਡਾਂ ਦੇ ਵਿੱਚ ਲੈ ਕੇ ਚੱਲੇ ਹਾਂ ਸੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਭੈਣਾਂ ਵੀਰਾਂ ਦਾ ਇਡਲੀ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਭਲਾ ਚੈਰਿਟੀ ਟਰੱਸਟ ਦੀ ਵੱਲੋਂ ਜਿਨ੍ਹਾਂ ਨੇ ਮਾਇਆ ਭੇਜੀ ਆ ਲਗਾਤਾਰ ਉਹਦੇ ਸੇਵਾਵਾਂ ਜਿਹੜੇ ਚੱਲ ਰਹੀਆਂ ਨੇ ਪਹਿਲਾਂ ਮੱਛਰਦਾਨੀਆਂ ਪਾਣੀ ਲਗਾਤਾਰ ਉਹ ਪਿੰਡਾਂ ਦੇ ਵਿੱਚ ਵੀ ਬਾਦਸ਼ਾਹਪੁਰ ਦੇਖਿਆ ਗਾ ਪਾਣੀ ਦੇ ਵਿੱਚ ਅਤੇ ਹੁਣ ਜਿਹੜਾ ਹਰੇ ਚਾਰੇ ਦੀ ਬਹੁਤ ਲੋੜ ਸੀਗੀ ਅਤੇ ਹਰਾ ਚਾਰੇ ਦੀ ਹੁਣ ਜਿਹੜੀ ਆ ਜ਼ਿਆਦਾ ਉੱਥੇ ਲੋਕ ਮੰਗ ਕਰ ਰਹੇ ਨੇ ਇਸ ਕਰਕੇ ਹਰਾ ਚਾਰਾ ਜਿਹੜਾ ਉਹ ਅਸੀਂ ਲੈ ਕੇ ਜਾ ਰਹੇ ਬਾਕੀ ਜਿਵੇਂ ਜਿਵੇਂ ਅੱਗੇ ਲੋੜ ਪਊਗੀ ਅਸੀਂ ਆਏ ਹਾਜ਼ਰਾਂ ਸੇਵਾ ਵਿੱਚ ਸਾਰੀ ਸੰਗਤ ਨੂੰ ਜੀ ਬਹੁਤ ਤਹਿ ਦਿਲੋਂ ਧੰਨਵਾਦ ਜੀ ਸਭ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਹ ਦੇਖ ਲਓ ਜੀ ਸਾਰੇ ਘਰ ਬਿਲਕੁਲ ਡੁੱਬੇ ਪਏ ਨੇ ਬੀਰੇ ਵਾਲਾ ਪਿੰਡ ਹੈਗਾ ਮਾਨਸਾ ਜ਼ਿਲ੍ਹੇ ਦਾ ਅਸੀਂ ਇੱਥੇ ਆਏ ਹਾਂਗੇ ਚਾਰਾ ਲੈ ਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ੍ਰੀ ਗੁਰੂ ਨਾਨਕ ਦੇਵ ਜੀ ਇਟਲੀ ਵਾਲੇ ਸਾਰੇ ਭੈਣਾਂ ਵੀਰਾਂ ਦਾ ਬਹੁਤ ਧੰਨਵਾਦ ਜਿਹੜੀ ਇਹ ਜਿਹੜੀ ਲੋੜ ਸੀ ਅਸਲ ਇੱਥੇ ਜਿਵੇਂ ਚਾਰੇ ਦੀ ਅਤੇ ਪਿੰਡ ਦੇ ਮੁੰਡੇ ਲਏ ਨੇ ਨਾਲ ਇਹ ਫਿਰ ਪਤਾ ਇਹਨਾਂ ਨੂੰ ਜਿਹੜੇ ਜਿੱਥੇ ਵਰਤਾਉਣਾ ਗਾ ਚਾਰ ਆਹ ਦੇਖ ਲਓ ਜੀ ਘਰਾਂ ਦੇ ਵਿੱਚ ਪਾਣੀ ਵੜ ਕੇ ਆ ਸੇਮ ਕਿੱਥੇ ਤਾਂ ਗਈ ਹੋਈ ਆ ਉਹ ਦੇਖ ਉਹ ਕਿੱਥੇ ਸੇਮ ਗਈ ਹੋਈ ਆ ਦੇਖ ਉੱਥੋਂ ਪਾਣੀ ਮੁੜਿਆ ਗਾ ਇਹ ਬੀਰੇ ਵਾਲੇ ਪਿੰਡ ਹੈਗਾ ਅੱਛਾ ਯਾਰ ਕਿੰਨਾ ਨੁਕਸ ਅੱਛਾ ਚਲੋ ਉਹ ਵੀ ਆਪਾਂ ਵੇਖ ਦਿਆਂਗੇ ਸੰਗਤ ਨੂੰ ਬੇਨਤੀ ਕਰਾਂਗੇ ਜਿੰਨੀ ਕੁ ਹੋ ਸਕੇ ਉਹ ਵੀ ਆ ਘਰ ਵੀਰ ਜਿਹੜਾ ਤੇੜੇ ਹੀ ਆ ਉਹ ਦੇਖ ਰਹੇ ਹੋ ਤੁਸੀਂ ਵੀ ਪਾਣੀ ਇੱਥੇ ਮੁੜਿਆ ਤੇ ਉਹ ਦੇਖੋ ਕੰਧਾਂ ਬੈਠੀ ਪਿਛਲੇ ਪਾਸੇ ਨਿਕਲ ਚੁੱਕੀਆਂ ਤੇ ਆਹ ਤੇੜ ਆ ਚੁੱਕੀ ਆ ਇਹਨਾਂ ਦੇ ਉਹ ਦੇਖੋ ਦਿਖਣ ਲੱਗ ਗਿਆ ਆਹ ਕੰਧਾਂ ਦੇਖੋ ਪਾੜ ਗਈਆਂ ਸਾਰੀਆਂ ਆਹ ਦੇਖੋ ਫਰਸ਼ ਸਾਰਾ ਪਾੜ ਗਿਆ ਗਾ ਇਹ ਡਿੱਗ ਸਕਦਾ ਕਿਸੇ ਵੀ ਤਰੀਕੇ ਨਾਲ ਇਹਦਾ ਪਤਾ ਨਹੀਂ ਕੋਈ ਹੈਗਾ ਛੋਟਾ ਘਰ ਮਤਾ ਜੀ ਚਲੋ ਕੋਈ ਨਹੀਂ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਜਨਾ ਜਿਵੇਂ ਵੀ ਹੋ ਸਕਿਆ ਤੇ ਗਰੀਬ ਪਰਿਵਾਰ ਆ ਜੀ ਆਹ ਦੇਖੋ ਜੀ ਮਾਤਾ ਜੀ ਅਸੀਂ ਇਸੇ ਕਰਕੇ ਵੀਡੀਓ ਬਣਾ ਰਹੇ ਹਾਂਗੇ ਹਾਂਜੀ ਕੋਈ ਨਹੀਂ ਮਾਤਾ ਜੀ ਜਿਵੇਂ ਵੀ ਹੋਇਆ ਸੰਗਤ ਤੁਹਾਡੀ ਸਹਾਇਤਾ ਕਰੂਗੀ ਕੋਈ ਨਹੀਂ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੁਹਾਡੇ ਕੋਲ ਆਵਾਂਗੇ ਅਸੀਂ ਠੀਕ ਹੈ ਠੀਕ ਆ ਤੁਸੀਂ ਸਾਡਾ ਆਸਰਾ ਬਣੇ ਹੋ ਸਾਨੂੰ ਭੁੱਖਿਆਂ ਨੂੰ ਭੋਜਨ ਪਹੁੰਚਾਉਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਸਾਰ ਤਾਂ ਬਹੁਤ ਮਦਦ ਦੇਈ ਆਪੀ ਪਰਮੇਸ਼ਰ ਕਰਾ ਰਹੀ ਸੇਵਾ ਜੀ ਇਹ ਦੇਖੋ ਇਹ ਪਰਿਵਾਰ ਦਾ ਪਿੰਡ ਬੀਰੇਵਾਲ ਪਿੰਡ ਹੈਗਾ ਇਹ ਤੇ ਇਸ ਪਰਿਵਾਰ ਦਾ ਘਰ ਆ ਜਿਹੜਾ ਦੇਖੋ ਤੇੜਾ ਮਤਲਬ ਆ ਗਈਆਂ ਫਰਸ਼ ਸਾਨੂੰ ਤਾਂ ਹਜੇ ਤੱਕ ਕੋਈ ਨਹੀਂ ਮਿਲਿਆ ਵੀ ਤੁਸੀਂ ਆਖਦੇ ਜੀ ਹਾਂਜੀ ਮੇਰੇ ਪੋਤੇ ਨੇ ਬਥੇਰਾ ਰੋਂਦੇ ਨੇ ਮੰਮੀ ਸਾਨੂੰ ਪੱਖੇ ਥੱਲੇ ਲੈ ਕੇ ਬਾਜ ਆਈ ਡੀ ਪਿੱਤ ਨਹੀਂ ਕੋਈ ਲੱਗਦੀ ਤਾਂ ਉਹਨਾਂ ਦੇ ਪਿੱਤਾ ਕਹਿੰਦੇ ਨੇ ਐ ਮੱਛਰ ਲੜ ਗਿਆ ਐ ਮੱਛਰ ਲੜ ਗਿਆ ਹਰ ਕੇ ਕਿਸੇ ਦੇ ਘਰ ਲਈ ਬੈਠੀ ਆ ਵਾਖਾਂ ਤੇ ਸਾਡੇ ਕੋਲ ਤੰਬੂ ਹੋਵੇ ਤਾਂ ਵੀ ਥੋੜੇ ਲਾ ਕੇ ਬਹਿ ਜੀਏ ਜਰਾ ਇੱਥੋਂ ਲੈਟ ਨੂੰ ਸੁਣਾ ਲਈਏ ਅਸੀਂ ਕੋਸ਼ਿਸ਼ ਕਰਾਂਗੇ ਮਾਤਾ ਜੀ ਆ ਸੰਗਤ ਤੱਕ ਪਹੁੰਚਾਉਣੇ ਆ ਤੁਹਾਡੀ ਵੀਡੀਓ ਤੇ ਤੁਹਾਡੀ ਹੋਰ ਜਿੰਨੀ ਵੀ ਸਹਾਇਤਾ ਹੋਈ ਜ਼ਰੂਰ ਕਰਾਂਗੇ ਇੱਕ ਵਾਰੀ ਨਹੀਂ ਪਾਣੀ ਆਇਆ ਪਹਿਲਾਂ 93 ਚ ਆਇਆ ਸੀ ਉਦੋਂ ਵੀ ਸਾਡੇ ਜੀ ਘਰੋਂ ਬੇਕਰ ਹੋ ਕੇ ਜੀ ਇੱਥੇ ਵੀ ਉੱਚੀ ਘਰੋਂ ਬੇਕਰ ਠੀਕ ਹੈ ਮਾਤਾ ਜੀ ਕੋਈ ਨਹੀਂ ਮਹਾਰਾਜ ਤੇ ਭਰੋਸਾ ਰੱਖੋ ਸੰਗਤ ਤੇ ਭਰੋਸਾ ਰੱਖੋ ਜ਼ਰੂਰ ਬਸ ਜੀ ਸਭ ਤੋਂ ਵੱਡਾ ਹੈ ਵੀ ਆਪਣੇ ਕੋਲ ਜਾਨ ਬਚੀ ਆ ਇਹ ਚੀਜ਼ਾਂ ਫੇਰ ਬਣ ਜਾਣਗੀਆਂ ਆਪਾਂ ਹੌਸਲਾ ਰੱਖੀਏ ਸੰਗਤ ਨੂੰ ਦੇਖੋ ਜੀ ਤੁਸੀਂ ਆ ਤੁਹਾਡੀ ਵੀਡੀਓ ਬਣ ਰਹੀ ਆ ਸੰਗਤ ਤੱਕ ਪਹੁੰਚਾਵਾਂਗੇ ਸੰਗਤ ਹੰਬਲਾ ਮਾਰੂਗੀ ਤੁਹਾਡੇ ਕਾਰਜ ਰਾਸ ਹੋਣਗੇ ਮਹਾਰਾਜ ਭਲਾ ਕਰਨਗੇ ਕੋਈ ਨਹੀਂ ਸਾਰਾ ਕੁਝ ਪਹੁੰਚਾਵਾਂਗੇ ਮਾਤਾ ਜੀ ਭਰੋਸਾ ਰੱਖੋ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਠੀਕ ਹੈ ਨਾ ਜੀ ਫਿਕਰ ਨਾ ਕਰੋ ਚੜ੍ਹਦੀ ਕਲਾ 'ਚ ਰਹੋ ਆਹ ਵੀਰਾਂ ਦਾ ਗਰੀਬ ਪਰਿਵਾਰ ਹੈਗਾ ਸਾਰਾ ਇਹ ਕਿਹੜਾ ਕਿਹੜਾ ਤੁਹਾਡਾ ਇੱਧਰ ਟਿਆਗਾ ਅੱਛਾ ਕੰਧ ਡਿੱਗ ਪਈ ਆ ਪਾਣੀ ਫਿਰ ਇੱਧਰ ਤੱਕ ਆ ਗਿਆ ਨਾ ਅੱਛਾ ਜੀ ਆਹ ਦੇਖੋ ਜੀ ਇੰਨਾ ਪਾਣੀ ਇੱਧਰ ਆਇਆ ਹੋਇਆ ਸੀਗਾ ਸਾਰੇ ਘਰਾਂ ਦੇ ਵਿੱਚ ਦੇਖ ਲਓ ਕਿੰਨਾ ਪਾਣੀ ਆਇਆ ਹੋਇਆ ਆਹ ਇੱਥੇ ਤੱਕ ਪਾਣੀ ਫਿਰਦਾ ਉਹ ਦੂਏ ਗਰੀਬ ਪਰਿਵਾਰ ਜਿਹੜੀ ਬੀਬੀ ਦੇ ਘਰ ਹੋ ਕੇ ਆਇਆ ਇਹ ਬੀਰੇ ਵਾਲਾ ਪਿੰਡ ਆ ਜੀ ਇੱਥੇ ਆਹ ਕੰਧ ਡਿੱਗ ਪਈ ਵਿਚਾਰਿਆਂ ਦੀ ਕੋਈ ਨਹੀਂ ਮਾਤਾ ਜੀ ਤੁਹਾਡੀ ਇਹ ਵੀਡੀਓ ਪਜਾਵਾਂਗੇ ਸੰਗਤ ਤੱਕ ਜਿੰਨੀ ਹੋਈ ਸਹਾਇਤਾ ਦੇਖੋ ਕਰਨ ਵਾਲਾ ਤਾਂ ਸੰਗਤ ਨੇ ਵੱਡਾ ਗਾ ਸੰਗਤ ਵਿੱਚ ਹਰ ਪ੍ਰਭ ਵਸੇ ਜੀ ਉਹ ਮਹਾਰਾਜ ਕਹਿੰਦੇ ਆ ਵੀ ਸੰਗਤ ਵੱਡੀ ਆ ਸੰਗਤ ਕਰਨ ਯੋਗ ਆ ਅਸੀਂ ਤੁਹਾਡੇ ਵਾਂਗੂ ਸੇਵਾਦਾਰ ਆ ਜੀ ਤੁਹਾਡੇ ਹਾਜ਼ਰ ਆ ਕੋਈ ਚੱਕਰ ਨਹੀਂ ਹੈਗਾ ਹਾਂਜੀ ਹਾਂ ਆਹ ਤਾਂ ਹੀ ਚਾਰਾ ਲੈ ਕੇ ਆ ਰਿਹਾ ਵੀਰ ਤੁਹਾਡੇ ਵਾਸਤੇ ਅੱਛਾ ਕਿਵੇਂ ਸਾਰੀ ਗਲ ਗਈ ਹੈ ਕੋਈ ਨਹੀਂ ਵੀਰੇ ਤਾਂ ਹੀ ਚਾਰਾ ਤੁਹਾਡੇ ਵਾਸਤੇ ਲੈ ਕੇ ਰਿਹਾ ਵੀਰੇ ਦੇਖੋ ਗਰੀਬ ਪਰਿਵਾਰ ਆ ਜੀ ਇਹਨਾਂ ਨੇ ਤੂੜੀ ਜਮ੍ਹਾਂ ਕਰੀ ਖਰਾਬ ਹੋ ਗਈ ਸਾਰੀ ਛੋਟਾ ਜਿਹਾ ਪਰਿਵਾਰ ਆ ਗਰੀਬ ਪਰਿਵਾਰ ਸੰਗਤ ਨੂੰ ਜ਼ਰੂਰ ਬੇਨਤੀ ਵੀ ਆਪਾਂ ਹੌਲੀ ਹੌਲੀ ਹੋਰ ਹੰਬਲਾ ਮਾਰੀਏ ਤੇ ਕੋਈ ਨਹੀਂ ਵੀਰੇ ਆਹ ਵੀਡੀਓ ਬਣਾ ਰਹੀ ਹੈ ਸੰਗਤ ਤੱਕ ਜਾਊਗੀ ਆਪਾਂ ਜਿੰਨੀ ਹੋ ਸਕੇ ਤੁਹਾਡੀ ਸਾਰੀ ਸਹਾਇਤਾ ਕਰਾਂਗੇ ਇਹ ਪਿੰਡਾਂ ਦੇ ਵਿੱਚ ਠੀਕ ਹੈ ਨਾ ਠੀਕ ਹੈ ਵੀਰੇ ਜਿਉਂਦੇ ਵਾਸਤੇ ਰਹੋ ਕੋਈ ਨਹੀਂ ਚੜ੍ਹਦੀ ਕਲਾ ਰਹੋ ਮਾਤਾ ਜੀ ਕੋਈ ਨਹੀਂ ਪਹੁੰਚੂ ਤੁਹਾਡੇ ਕੋਲ ਸੇਵਾ ਛੇਤੀ ਹੋਈ
देखो जी किड्डा नुकसान होया गा घरां दा टुट गए सारे घर। ये बीरी वाला पिंड है जी मानसे का, ये जरूर गौर करने वाली जगह। अच्छा इन्हों भी है सोडा भी टिया भैने किधर है सोडा उधर। इन्हों भी देखो जी गरीब परिवार ने बेचारे बहुत ज्यादा। आ देखो दब गया सारा, आ देखो फर्श सारा टुट गया, इन्ना पानी है नाल पिछे पानी हैगा, आ सारा टुट गया दब गया जी। हाँ सारा दब गया जी थोड़ा। अच्छा जी कोई नी भैन जी थोड़ा ना, आ देखो वीडियो अभी बना रहे हैं संगत नू बेनती करांगे आपां हो सके। ये भी थोड़े घर दी नी सारे आ परिवार अपने ठीक है। आ देखो पानी इत्थे तक उपर आ के मुड़ गया भी पांच पांच छे छे फुट पानी, मेरा छे फुट करदा छे फुट तक पानी आके गया गा। ये सारे परिवार का नुकसान होया गा जी। चार बस चढ़ती गए रखे भीरे कोई नहीं आपका। जेडे आ परिवार जेडे नाल इधरले पासे ने उधर पानी ज्यादा करके सारे, आ देखो पानी सारा गरीब परिवार ने बहुत ज्यादा। असल सेवा तो जेडी इत्थे लोड़ आ गई इन्हां नूं रहण बसेरे की करन दी, क्योंकि कंधां कुंधां ढाठियां सारिया। देखो गरीब परिवार ने सारे, बीरे वाला पिंड है मानसे का, संगत हंबला मारे। चार तो अलावा होर भी आपां नूं कुछ करना पऊगा बसेबे वास्ते। नानक नाम चढ़दी कला तेरे पाणे सरबत दा पला। नानक नाम चढ़दी कला तेरे पाणे करा दियो फिर फतेह छड़ दियो जगारा। ट्राली पैक कर ला थोड़ी पानी जिना डिगे ये गठ पानी जिना डिग पे कितने। बाबा जी तुम ये सांबो जी लोड़ आ उन्होंने दबा दियो कृपा करके ठीक है ना। तो हाँ जेडे घर ने सांभ लो जो तीन चार गठा रह गए बाकी ठीक है ना। आओ ती कहना आड़िया गठा ने सारिया ला दो करा तेने इतने ला दो कर दो मोर्चा बदन में जकारा गजा दो ठीक है ना। बोले सोनिहाल सत्री अकाल। धन्नवाद जी सारी संगत का, सारे इडली वाले भैणा वीर का जिन्हों के करके ये जी सेवा चल रही है। सो बीरेवाल पिंड के बस बहुत लोड़ा हरे चारे की, बीबिया के घर जोड़े ढह गए है गरीब परिवारों के। सो असी हम पिंड चाले पा रहे हैं गे। सो इसे मोर्चा फतेह करता जी पिंड बीरेवाल, सारी संगत घरों घर बरता दता, बहुत चगला हो गई, बहुत सोहना कार्ज हो गया जी। सारी संगत इडली वाले भैणा वीर का, श्री गुरु नानक देव सरबत्ता पलाए चैटीटा इडली वाले वीर भैन का सारे का बहुत तिल तह दिलो धन्यवाद। तो अगह वास्ते भी जो बद चढ़ के महाराज थोड़ी सेवा करवा रहे, तो महाराज गुरुआव का चढ़दियाँ का रखना बेलों थोड़ी हरिया गण साहब जी। वाहेगुरू जी का खालसा वाहेगुरू जी की फतेह। सब सदका वाहे गुरु तेरी सब रच।